ਅੱਜ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂਆਂ ਤੇ ਪਾਰਟੀ ਵਰਕਰਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ। ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਬੈਰੀਕੇਡਿੰਗ ਕਰਕੇ ਰੱਖਿਆ ਗਿਆ ਸੀ ਤੇ ਪੁਲਿਸ ਅਧਿਕਾਰੀਆਂ ਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਵਿੱਚ ਝੜਪ ਵੀ ਹੋਈ ਅਤੇ ਕੁਝ ਅਕਾਲੀ ਵਰਕਰਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। ਇਸ ਸੰਬੰਧੀ ਗੱਲਬਾਤ ਕਰਦਿਆਂ ਯੂਥ ਅਕਾਲੀ ਦਲ ਦੇ ਆਗੂ ਲਾਲੀ ਰਣੀਕੇ ਨੇ ਦੱਸਿਆ ਕਿ ਕੁੰਵਰ ਸਿੰਘ ਵਿਜੇ ਪ੍ਰਤਾਪ ਮਹਾਂ ਝੂਠਾ ਤੇ ਅਫਸਰਸ਼ਾਹੀ ਰਵੱਈਏ ਦਾ ਬੰਦਾ ਹੈ, ਜਿਸ ਨੇ ਇੰਨੇ ਵੱਡੇ ਕਾਂਡ ਦੀ ਝੂਠੀ ਜਾਂਚ ਦੇ ਵਿੱਚ ਹਾਈ ਕੋਰਟ ਤੋਂ ਫਟਕਾਰ ਖਾਧੀ ਹੈ। ਆਮ ਆਦਮੀ ਨੂੰ ਪੰਜਾਬ ਦੇ ਹਾਲਾਤਾਂ ਬਾਰੇ ਕੁਝ ਵੀ ਨਹੀਂ ਪਤਾ, ਇਹ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਹੇ ਨੇ ਅਤੇ ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਵਰਗੇ ਝੂਠੇ ਬੰਦੇ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰ ਲਿਆ ਗਿਆ, ਜੋ ਕਿ ਪੱਤਰਕਾਰਾਂ ਦੇ ਨਾਲ ਅਫਸਰਸ਼ਾਹੀ ਰਵੱਈਏ ਦੇ ਕਾਰਨ ਉਲਝਿਆ ਫਿਰਦਾ। ਜਿਸ ਦੇ ਚੱਲਦੇ ਅਸੀਂ ਉਹਨਾਂ ਦਾ ਵਿਰੋਧ ਕਰਦੇ ਹਾਂ ਅਤੇ ਗ੍ਰਿਫਤਾਰੀ ਦੀ ਮੰਗ ਕਰਦੇ ਹਾਂ। ਘਰ ਦੇ ਮੂਹਰੇ ਜਾਣੇ ਜਿਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ, ਜਿਹਨਾਂ ਨੇ ਬੈਰੀਕੇਡ ਜਿਹੜੇ ਸਾਈਡ 'ਤੇ ਕਰਕੇ ਸਰ ਵਰਕਰਾਂ ਦੇ ਪ੍ਰਸ਼ਾਸਨ ਵਿੱਚ ਕਾਫੀ ਧੱਕਾ ਮੁੱਕੀ ਹੋਈ ਹੈ ਜੀ, ਕਿੱਦਾਂ ਦੇਖ ਰਹੇ ਹੋ? ਨਹੀਂ, ਇਹ ਧੱਕਾ ਮੁੱਕੀ ਥੋੜ੍ਹਾ ਇਹਨਾਂ ਨੇ, ਦੇਖੋ ਇਹ ਸ਼ੋਅ ਹੁੰਦਾ ਵਾ ਇਲੈਕਸ਼ਨ ਦਾ ਸਾਰਿਆ, ਤੁਹਾਨੂੰ ਪਤਾ ਹੀ। ਅਰੈਸਟ ਕਿੰਨੇ ਹੋਏ ਸਰ? ਲੈ ਅਰੈਸਟ ਕੀਤੇ ਨੇ ਮੇਨ ਆਗੂ ਉਹਨਾਂ ਦੇ ਕੀਤੇ ਆ ਸਰ। ਜਿਹੜੀ ਉਹਨਾਂ ਦੀ ਜਿਹੜੀ ਮੰਗ ਹੈ ਉਹ ਕੀ, ਉਹਨਾਂ ਵੱਲੋਂ ਕੀ ਕਿਹਾ ਗਿਆ ਕਿ ਇਹ ਜੀ ਮੈਂ ਤਾਂ ਲਾਅ ਐਂਡ ਆਰਡਰ ਮੇਨਟੇਨ ਆ ਗਿਆ, ਮੈਂ ਕਿਸੇ ਬਿਜਲੀ ਵਾਲੀ ਪਾਰਟੀ ਦੀ ਮੰਗ ਨੂੰ ਧਿਆਨ 'ਚ ਨਹੀਂ ਰੱਖ ਰਿਹਾ। ਠੀਕ, ਮੈਂ ਜਿਨ੍ਹਾਂ ਨੂੰ ਪੰਜਾਬ ਦੇ ਹਿੱਤਾਂ ਦਾ ਨਹੀਂ ਪਤਾ, ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਪੰਜਾਬ 'ਚ ਕਿੰਨੇ ਤਰੀਕੇ ਦੇ ਸਾਡੇ ਇੱਥੇ ਤਿਉਹਾਰ ਨੇ ਜਾਂ ਕਿੰਨੇ ਤਰੀਕੇ ਦੀਆਂ ਸਾਡੀਆਂ ਇੱਥੇ ਸਾਡੇ ਸੱਭਿਆਚਾਰ ਹੈ, ਜਿਹਨੂੰ ਕੋਈ ਏ ਬੀ ਸੀ ਤਾਂ ਨਹੀਂ ਪਤਾ, ਉਹ ਸਾਨੂੰ ਸੁੱਖ ਆਰਾਮ ਦੇਗਾ ਜਾਂ ਉਹ ਸਾਡੇ 'ਤੇ ਰਾਜ ਕਰੇਗਾ? ਇਹ ਪੰਜਾਬ ਦੇ ਲੋਕ ਸੌਖੇ ਨਹੀਂ, ਇਹ ਛੇਤੀ ਕਿਤੇ ਐਵੇਂ ਨਹੀਂ ਰਾਜ ਦਿੰਦੇ। ਇਹ ਬੜਾ ਸੋਚ ਸਮਝ ਕੇ, ਜੇ ਕਿਸੇ ਨੂੰ ਤਾਜ ਦਿੰਦੇ ਆ ਤਾਂ ਬੜਾ ਸੋਚ ਸਮਝ ਕੇ ਦਿੰਦੇ। ਇਹ ਭੁਲੇਖੇ ਕੱਢ ਦੇਣਾ ਆਮ ਆਦਮੀ ਵਾਲੇ, 17 'ਚ ਇਹਨਾਂ ਨੇ ਕਿੱਡੇ ਵੱਡੇ ਵੱਡੇ ਸ਼ਕੂਫੇ ਛੱਡੇ ਸਨ, ਕਿੱਧਰ ਗਏ? ਫਿਰ ਲੱਭੇ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਲੱਭਣਾ ਨਹੀਂ। ਇਹ ਦੋਹਰੇ ਮਾਪਦੰਡ ਆ, ਦੋਹਰੇ ਮਾਪ। ਕੁੰਵਰ ਵਿਜੇ ਪ੍ਰਤਾਪ ਜਿਹੜੇ, ਜਿਹਨਾਂ ਨੇ ਆਮ ਆਦਮੀ ਪਾਰਟੀ ਹੁਣ ਜੁਆਇਨ ਕਰ ਲਈ, ਜਿਹਨਾਂ ਦਾ ਖੈਰ ਸਾਨੂੰ ਸ਼ੁਰੂ ਤੋਂ ਪਤਾ ਸੀ, ਜਿਸ ਤਰੀਕੇ ਦੀਆਂ ਉਹਨਾਂ ਦੀਆਂ ਇੱਕ ਤਰਫਾ ਕਾਰਵਾਈਆਂ ਸਨ ਬਤੌਰ ਐਸ ਟੀ ਐਫ ਮੁਖੀ, ਜਿਸ ਤਰੀਕੇ ਨਾਲ ਉਹਨਾਂ ਨੇ ਬੇਦਬੀ ਦੇ ਮਸਲੇ ਦੇ ਵਿੱਚ ਇੱਕ ਤਰਫਾ ਇਨਕੁਆਇਰੀ ਕੀਤੀ, ਜਿਹਦੇ ਕਰਕੇ ਉਹਨਾਂ ਨੂੰ ਹਾਈ ਕੋਰਟ ਤੋਂ ਬੜੀ ਵੱਡੀ ਫਟਕਾਰ ਵੀ ਪਈ। ਇੱਕ ਉਹਨਾਂ ਨੇ ਵੀ ਬੜੇ ਕੇਸਾਂ 'ਚ ਪੈ ਚੁੱਕੀ ਹੈ ਅਤੇ ਅਜੇ ਵੀ ਮੇਰੇ ਖਿਆਲ ਮੈਨੂੰ ਪਤਾ ਲੱਗਿਆ ਵੀ ਅਜੇ ਵੀ ਬੜੇ ਕੇਸ ਜਿਹੜੇ ਹਾਈ ਕੋਰਟ 'ਚ ਉਹਨਾਂ ਦੇ ਪੈਂਡਿੰਗ ਆ, ਉਹਦੇ ਤੋਂ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਉੱਥੋਂ ਫਟਕਾਰ ਹੀ ਮਿਲੇਗੀ। ਇਸ ਕਰਕੇ ਪਤਾ ਸੀ ਇਹ ਸਿਆਸਤ ਤੋਂ ਪ੍ਰੇਰਿਤ ਆ ਸਾਰਾ ਮਸਲਾ, ਇਹ ਬੰਦਾ ਸ਼ੁਰੂ ਤੋਂ ਹੀ ਸਿਆਸੀ ਅਕਾਵਾਂ ਨੂੰ ਖੁਸ਼ ਕਰਨ ਵਾਸਤੇ ਇਹ ਸਭ ਕੁਝ ਕਰਦਾ ਰਿਹਾ। ਇਹ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਲੋਕ ਹੋਰ ਬੜੇ ਵੱਡੇ ਵੱਡੇ ਚੱਠੇ, ਬੜੇ ਵੱਡੀਆਂ ਵੱਡੀਆਂ ਪਟੀਸ਼ਾਈਆਂ ਜਿਹੜੀਆਂ ਇਹਨਾਂ ਦੇ ਸਾਹਮਣੇ ਆਉਂਦਾ ਜੀ, ਪੱਤਰਕਾਰ ਨੂੰ ਉੱਤੇ ਵੀ ਹਮਲਾ ਹੋਇਆ ਜੀ, ਕੀ ਕਹਿਣਾ ਚਾਹੋਗੇ? ਬੜਾ ਬੰਦ ਭਾਗਾ ਜੀ, ਵੇਖੋ ਮੈਂ ਤਾਂ ਇੱਕੋ ਗੱਲ ਕਹਿੰਦਾ
ये जड़े अफसर होंगे ना अफसर समझते भी नौकरी तो बाद मुड़ के चलो ये इस पास तुर पाएंगे कम सौखा नहीं कहते एवं पत्रकारा बेचारे बेचारे ने साढ़े तो कभी माइक थले सुटने ये अफसर का काम होंगे माइक थले सुटने ये अफसरशाही छेती बचो जानी नहीं पंजाब के लोग सुचेत रहन ये सौखा नहीं बिरा ईमानदारी लागे पुलिस वाले बैठे उन्होंने पूछ लो किन्ने ईमानदार ने लागे पुलिस वाले दस दिन गया ਉਹਨਾਂ ਦੇ ਘਰ ਦੇ ਮੂਹਰੇ ਜਾਣੇ ਜਿਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਜਿਹਨਾਂ ਨੇ ਬੈਰੀਗੇਡ ਜਿਹੜੇ ਸਾਈਡ 'ਤੇ ਕਰਕੇ ਸਰ ਵਰਕਰਾਂ ਦੇ ਪ੍ਰਸ਼ਾਸਨ ਵਿੱਚ ਕਾਫੀ ਧੱਕਾ ਮੁੱਕੀ ਹੋਈ ਆ ਜੀ ਕਿੱਦਾਂ ਦੇਖਦੇ ਨਹੀਂ ਇਹ ਧੱਕਾ ਮੁੱਕੀ ਥੋੜ੍ਹਾ ਇਹਨਾਂ ਨੇ ਦੇਖੋ ਇਹ ਸ਼ੋਅ ਹੁੰਦਾ ਵਾ ਇਲੈਕਸ਼ਨ ਦਾ ਸਾਰਿਆ ਤੁਹਾਨੂੰ ਪਤਾ ਹੀ ਅਰੈਸਟ ਕਿੰਨੇ ਹੋਏ ਸਰ ਲੈ ਅਰੈਸਟ ਕੀਤੇ ਨੇ ਮੇਨ ਆਗੂ ਉਹਨਾਂ ਦੇ ਕੀਤੇ ਆ ਸਰ ਜਿਹੜੀ ਉਹਨਾਂ ਦੀ ਜਿਹੜੀ ਮੰਗ ਹੈ ਉਹ ਕੀ ਉਹਨਾਂ ਵੱਲੋਂ ਕੀ ਕਿਹਾ ਗਿਆ ਕਿ ਇਹ ਜੇ ਮੈਂ ਤਾਂ ਲਾਅ ਐਂਡ ਆਰਡਰ ਮੇਨਟਰ ਆ ਗਿਆ ਮੈਂ ਕਿਸੇ ਪਿੰਡੀ ਵਾਲੀ ਪਾਰਟੀ ਦੀ ਮੰਗ ਨੂੰ ਧਿਆਨ 'ਚ ਨਹੀਂ ਰੱਖ ਰਿਹਾ ਠੀਕ ਮੈਂ ਆਵਾਜ਼ੀ ਕੰਮ ਟੀਵੀ ਲਈ ਅੰਮ੍ਰਿਤਸਰ ਤੋਂ ਸੁਨੀਲ ਕੁਮਾਰ ਦੀ ਰਿਪੋਰਟ।